ਜਿੰਨੇ ਵੀ ਰਿਕਾਰਡਡ ਪ੍ਰੋਗਰਾਮ ਪਏ ਨੇ ਉਹਨਾਂ ਨੂੰ ਵੇਖ ਸਕਦੇ ਹੋ। ਸਾਡਾ ਫੇਸਬੁੱਕ ਪੇਜ ਹੈ ਖਾਲਿਸਤਾਨ ਟੀਵੀ, ਉਸ ਤੇ ਉੱਪਰ ਜਾ ਕੇ ਵੀ ਤੁਸੀਂ ਸਾਡੇ ਰਿਕਾਰਡਡ ਪ੍ਰੋਗਰਾਮ ਵੇਖ ਸਕਦੇ ਹੋ। ਜੇਕਰ ਤੁਹਾਡੇ ਸੁਝਾਅ ਹੋਣ ਹੇਠ ਲਿਖੇ ਨੰਬਰਾਂ ਦੇ ਉੱਪਰ, ਤੁਸੀਂ ਸਾਨੂੰ ਆਪਣੇ ਸੁਝਾਅ ਜ਼ਰੂਰ ਭੇਜਣਾ 7808514787। ਜੇ ਤੁਸੀਂ ਲਿਖ ਕੇ ਆਪਣੇ ਸੁਝਾਅ ਸਾਡੇ ਤੱਕ ਭੇਜਣੇ ਹਨ ਤਾਂ info@khalistantv.com ਦੇ ਉੱਪਰ ਸਾਡੇ ਤੱਕ ਤੁਹਾਡੇ ਸੁਝਾਅ ਆ ਸਕਦੇ ਨੇ। ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਦਿਹਾੜੀ ਦੇ ਵਿੱਚ ਸਾਨੂੰ ਬਹੁਤ ਸਾਰੀਆਂ ਕਾਲਾਂ ਆਉਂਦੀਆਂ ਨੇ, ਤੁਹਾਡੇ ਸੁਝਾਅ ਅਸੀਂ ਲਿਖਦੇ ਰਹਿੰਦੇ ਹਾਂ ਅਤੇ ਉਹਨਾਂ ਦੇ ਉੱਪਰ ਮੈਨੇਜਮੈਂਟ ਤੱਕ ਸਾਰੇ ਪਹੁੰਚਾਉਂਦੇ ਰਹਿੰਦੇ ਹਾਂ। ਸੋ ਮੈਨੇਜਮੈਂਟ ਤਹੀਆ ਕਰਦੀ ਆ ਜਿੰਨੇ ਵੀ ਤੁਹਾਡੇ ਸੁਝਾਅ ਆਉਂਦੇ ਨੇ ਉਹਨਾਂ ਦੇ ਉੱਪਰ ਕੰਮ ਕੀਤਾ ਜਾਵੇ। ਕਈ ਵਾਰੀ ਕਾਲਸ ਮਿਸ ਵੀ ਹੋ ਜਾਂਦੀਆਂ ਨੇ, ਉਸ ਦੇ ਵੀ ਅਸੀਂ ਮਾਫੀ ਚਾਹੁੰਦੇ ਹਾਂ। ਤੁਸੀਂ ਦੁਬਾਰਾ ਵੀ ਕਾਲ ਕਰਕੇ ਸਾਡੇ ਤੱਕ ਆਪਣੇ ਮੈਸੇਜ ਪਹੁੰਚਾ ਸਕਦੇ ਹੋ। ਜੇ ਤੁਸੀਂ ਮੈਸੇਜ ਕਰ ਦਿਓ ਉਹ ਉਦੋਂ ਵੀ ਵਧੀਆ ਹੈ ਕਿਉਂਕਿ ਉਸ 'ਤੇ ਰਿਪਲਾਈ ਕੀਤਾ ਜਾ ਸਕਦਾ ਹੈ। ਨੰਬਰ ਹੇਠ ਲਿਖੇ ਨੇ 7808514787 ਜਾਂ ਫਿਰ info@khalistantv.com। ਆਪ ਸਭ ਨੂੰ ਪਤਾ ਹੈ ਖਾਲਿਸਤਾਨ ਟੀਵੀ ਦੇ ਉੱਪਰ ਸਿੱਖ ਜਗਤ ਦੀਆਂ ਸਾਰੀਆਂ ਗੱਲਾਂ ਬਾਤਾਂ ਜੋ ਸਰਗਰਮੀਆਂ ਚੱਲ ਰਹੀਆਂ ਨੇ, ਚਾਹੇ ਉਹ ਬਾਹਰ ਵੱਸਦੇ ਮੁਲਕਾਂ ਦੇ ਵਿੱਚ ਹੋਣ ਜਾਂ ਫਿਰ ਸਾਡੇ ਪੰਜਾਬ ਦੀ ਧਰਤੀ ਦੇ ਉੱਪਰ ਕੋਈ ਗੱਲਬਾਤ ਹੋ ਰਹੀ ਹੋਵੇ, ਉਸ ਦੇ ਉੱਪਰ ਚਾਨਣਾ ਪਾਉਣਾ ਖਾਲਿਸਤਾਨ ਟੀਵੀ ਦਾ ਮੁੱਢਲਾ ਫਰਜ਼ ਬਣਦਾ ਹੈ। ਅੱਜ ਦਾ ਪ੍ਰੋਗਰਾਮ ਉਸੇ ਚੀਜ਼ ਨੂੰ ਲੈ ਕੇ ਅਸੀਂ ਪੇਸ਼ ਹੋਏ ਹਾਂ। ਆਪ ਸਭ ਨੂੰ ਪਤਾ ਹੈ ਅੱਜ 7 ਅਕਤੂਬਰ ਦਾ ਦਿਨ ਸੀ, ਬਾਬਰਕਿਆਂ ਦੇ ਅਤੇ ਬਾਬੇਕਿਆਂ ਦਾ ਆਪਾਂ ਉੱਪਰ ਨਜ਼ਾਰਾ ਵੇਖਿਆ, ਕਿਵੇਂ ਉੱਥੇ ਗੱਲਾਂ ਚੱਲ ਰਹੀਆਂ ਨੇ। ਬਰਗਾੜੀ ਦੇ ਵਿੱਚ ਜੋ ਰੋਸ ਮਾਰਚ ਸੀ ਉਸ ਦੇ ਵਿੱਚ 5 ਲੱਖ ਤੋਂ ਵੱਧ ਦਾ ਇਕੱਠ ਹੋਇਆ ਅਤੇ ਦੂਸਰੇ ਪਾਸੇ ਆਪਾਂ ਨੂੰ ਪਤਾ ਹੈ ਚਾਹੇ ਉਹ ਕੈਪਟਨ ਸਰਕਾਰ ਹੋਵੇ ਉੱਥੇ 30-35 ਹਜ਼ਾਰ ਦਾ ਇਕੱਠ ਦੱਸਦੇ ਨੇ। ਸੇਮ ਥਿੰਗ ਤੁਸੀਂ ਬਾਦਲ ਵਾਲੇ ਪਾਸੇ ਵੀ ਜਦੋਂ ਵੇਖਦੇ ਹਾਂ ਉੱਥੇ ਵੀ ਕੁਛ ਇਹੋ ਜਿਹਾ ਇਕੱਠ ਸੀਗਾ। ਮਾੜੀ ਗੱਲ ਇਹ ਆ, ਆਪ ਸਭ ਜੀ ਨੂੰ ਪਤਾ ਹੈ ਪੰਥਕ ਅਖੌਤੀ ਪੰਥਕ ਸਰਕਾਰ ਕਹਾਉਣ ਵਾਲੀ ਬਾਦਲ ਕੀ ਜੋ ਲਾਣਾ ਹੈ ਉਹਨਾਂ ਨੇ ਕਿਸ ਤਰ੍ਹਾਂ ਉੱਥੇ ਜਦੋਂ ਰੈਲੀ ਖਤਮ ਹੋਈ ਕਿਸ ਤਰ੍ਹਾਂ ਉੱਥੇ ਸ਼ਰਾਬਾਂ ਵਰਤਾਈਆਂ, ਆਪਾਂ ਸਾਹਮਣੇ ਹੈ ਇਹ ਉਹਨਾਂ ਦੀਆਂ ਸਾਰੀਆਂ ਕਰਤੂਤਾਂ। ਖੈਰ ਹੁਣ ਲੋਕਾਂ ਦੇ ਸਾਹਮਣੇ ਆ ਚੁੱਕਾ ਹੈ ਸੱਚ ਕੀ ਹੈ, ਕਿਸ ਪਾਸੇ ਅਸੀਂ ਖੜਨਾ ਹੈ, ਸਾਨੂੰ ਜਾਗ ਆ ਚੁੱਕੀ ਹੈ। ਸੋ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜੋ ਸੰਗਤਾਂ ਉੱਥੇ ਕਈ ਤਾਂ ਪਹੁੰਚ ਵੀ ਨਹੀਂ ਸਕੇ, ਉਹਨਾਂ ਨੇ 12 ਤੋਂ 15 ਕਿਲੋਮੀਟਰ ਦਾ ਜੋ ਇਕੱਠ ਸੀਗਾ ਜਾਮ ਲੱਗੇ ਹੋਏ ਸੀ, ਤਾਂ ਵੀ ਸੰਗਤਾਂ ਨੇ ਉੱਥੇ ਖੜ ਕੇ ਜਥੇਦਾਰ ਕਾਰਜਕਾਰੀ ਧਿਆਨ ਸਿੰਘ ਜੀ ਮੰਡ ਨੂੰ ਸੁਣਿਆ ਅਤੇ ਉੱਥੇ ਹੋਰ ਵੀ ਲੀਡਰ ਸਾਹਿਬਾਨ ਪੰਥ ਦੇ ਪਹੁੰਚੇ ਹੋਏ ਸੀ, ਖਾਸ ਕਰਕੇ ਸਰਦਾਰ ਸਿਮਰਜੀਤ ਸਿੰਘ ਮਾਨ ਹੋਣੀ ਵੀ ਉਹਨਾਂ ਨੇ ਉੱਥੇ ਹਾਜ਼ਰੀ ਲਵਾਈ ਅਤੇ ਸੰਗਤਾਂ ਨੂੰ ਸੰਬੋਧਿਤ ਹੋਏ, ਦਰਸ਼ਨ ਕੀਤੇ ਉਹਨਾਂ ਦੇ। ਸੋ ਇਹ ਸਭ ਗੱਲਾਂ ਬਾਤਾਂ ਤੁਸੀਂ ਖਾਲਿਸਤਾਨ ਟੀਵੀ ਦੇ ਉੱਪਰ ਤੁਹਾਨੂੰ ਸਮੇਂ ਦਰ ਸਮੇਂ ਅਪਡੇਟਸ ਮਿਲਦੀਆਂ ਰਹਿੰਦੀਆਂ ਨੇ। ਅਤੇ ਆਪ ਜੀ ਨੂੰ ਪਤਾ ਹੈ ਜਦੋਂ ਵੀ ਕੋਈ ਪੰਜਾਬ ਦੇ ਕੋਈ ਨਵੀਂ ਸ਼ਖਸੀਅਤ ਸਾਡੇ ਕੋਲ ਆਉਂਦੀ ਆ ਅਸੀਂ ਤੁਹਾਡੇ ਨਾਲ ਉਹਨਾਂ ਨੂੰ ਰੂਬਰੂ ਕਰਾਉਂਦੇ ਹਾਂ। ਉਸੇ ਲੜੀ ਨੂੰ ਅੱਗੇ ਤੋਰਦੇ ਹੋਏ ਸਾਡੇ ਨਾਲ ਅੱਜ ਪਰਮਿੰਦਰ ਸਿੰਘ ਜੀ ਫੌਜੇਵਾਲ ਸਟੂਡੀਓ 'ਚ ਪਹੁੰਚੇ ਨੇ। ਆਓ ਉਹਨਾਂ ਤੋਂ ਪੰਜਾਬ ਦੀ ਹੋਰ ਵੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਮੈਂ ਪਰਮਿੰਦਰ ਸਿੰਘ ਜੀ ਤੁਹਾਡਾ ਸਵਾਗਤ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ। ਪਰਮਿੰਦਰ ਸਿੰਘ ਜੀ ਦਾ ਫੌਜੇਵਾਲ ਦਾ ਏਰੀਆ ਮਲੇਰਕੋਟਲਾ ਸਾਹਿਬ ਦੇ ਹਲਕੇ ਤੋਂ ਹੈ, ਉੱਥੇ ਇਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਰਗਰਮ ਲੀਡਰ ਨੇ। ਇਹਨਾਂ ਦੇ ਬਾਰੇ ਆਪਾਂ ਥੋੜ੍ਹੀ ਜਿਹੀ ਜਾਣਕਾਰੀ ਲੈਂਦੇ ਹਾਂ। ਸੋ ਜਥੇਦਾਰ ਜੀ, ਤੁਸੀਂ ਕੈਨੇਡਾ ਦੀ ਧਰਤੀ 'ਤੇ ਜੁਲਾਈ ਮਹੀਨੇ ਤੋਂ ਇੱਥੇ ਵਿਚਰ ਰਹੇ ਹੋ, ਪਹਿਲਾਂ ਤਾਂ ਤੁਹਾਡਾ ਕੈਨੇਡਾ ਦੀ ਧਰਤੀ 'ਤੇ ਸਵਾਗਤ ਹੈ ਅਤੇ ਥੋੜ੍ਹਾ ਜਿਹਾ ਤੁਸੀਂ ਸਾਨੂੰ ਅਤੇ ਸਾਡੇ ਦਰਸ਼ਕਾਂ ਨੂੰ ਥੋੜ੍ਹਾ ਜਿਹਾ ਤੁਸੀਂ ਆਪਣੇ ਬਾਰੇ ਦੱਸੋ, ਪੰਜਾਬ ਤੋਂ ਕਿਹੜੇ ਪਿੰਡ ਤੋਂ ਹੈ ਅਤੇ ਤੁਸੀਂ ਪਾਰਟੀ ਦੇ ਨਾਲ ਕਿੰਨੇ ਸਮੇਂ ਤੋਂ ਜੁੜੇ ਹੋਏ ਹੋ? ਸਭ ਤੋਂ ਪਹਿਲਾਂ ਤਾਂ ਦਰਸ਼ਕ ਰੂਪੀ ਗੁਰੂ ਪਿਆਰੀ ਸਤਸੰਗ ਜੀ, ਆਪ ਸਭ ਨੂੰ ਦਾਸ ਵੱਲੋਂ ਫਤਿਹ ਹੈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਦਾ ਪਿੰਡ ਫੌਜੇਵਾਲ ਜੋ ਕਿ ਮਲੇਰਕੋਟਲੇ ਦੀ ਧਰਤੀ ਦੇ ਨਜ਼ਦੀਕ ਹੈ ਅਤੇ ਜੋ ਸਾਡਾ ਵਿਧਾਨ ਸਭਾ ਹਲਕਾ ਪਹਿਲਾਂ ਸ਼ੇਰਪੁਰ ਹੁੰਦਾ ਸੀ, ਅੱਜ ਕੱਲ੍ਹ ਵਿਧਾਨ ਸਭਾ ਹਲਕਾ ਮਲੇਰਕੋਟਲਾ ਹੈ। ਇਹ ਸੰਗਰੂਰ ਮੈਂਬਰ ਪਾਰਲੀਮੈਂਟ ਹਲਕੇ ਦਾ ਹੀ ਇੱਕ ਹਿੱਸਾ ਹੈ। ਦਾਸ 1996 ਦੀ ਚੋਣ ਤੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੇ ਨਾਲ ਪਾਰਟੀ ਨਾਲ ਜੁੜੇ ਹੋਏ ਹਾਂ ਅਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨਾਲ ਜੁੜੇ ਹੋਏ ਹਾਂ। ਜੀ ਧੰਨਵਾਦ। ਤੁਸੀਂ ਹੁਣੇ ਪੰਜਾਬ ਤੋਂ ਧਰਤੀ ਤੋਂ ਆਏ ਹੋ, ਓਬੀਅਸ ਹੈ ਜਦੋਂ ਤੁਸੀਂ ਪੰਜਾਬ ਤੋਂ ਨਵੇਂ ਆਏ ਹੁੰਦੇ ਹੋ ਤੁਹਾਨੂੰ ਵੱਧ ਤੁਹਾਡੇ ਉੱਤੇ ਲਿੰਕਸ ਹੁੰਦੇ ਨੇ, ਤੁਹਾਨੂੰ ਮੌਜੂਦਾ ਹਾਲਾਤਾਂ ਦੇ ਉੱਤੇ ਵੱਧ ਪਕੜ ਹੁੰਦੀ ਆ। ਸੋ ਹੁਣ ਬਰਗਾੜੀ ਮੋਰਚਾ ਜਿੱਥੇ ਅਕਾਲ ਤਖਤ ਸਾਹਿਬ ਜੇ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਜੀ ਮੰਡ, ਉਹਨਾਂ ਦੇ ਨਾਲ ਬਲਜੀਤ ਸਿੰਘ ਜੀ ਦਾਦੂਵਾਲ ਅਤੇ ਭਾਈ ਅਮਰੀਕ ਸਿੰਘ ਜੀ ਅਜਨਾਲਾ ਹੋਣਾ ਨੇ ਇਹ ਸੰਘਰਸ਼ ਵਿੱਢਿਆ ਆ,
ਵੀ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਉਸ ਦੇ ਦੋਸ਼ੀਆਂ ਨੂੰ ਫੜਿਆ ਜਾਵੇ ਅਤੇ ਜਿੱਥੇ ਗੋਲੀ ਚਲਾਈ ਪੁਲਿਸ ਨੇ ਉਹਨਾਂ ਨੂੰ ਫੜ ਕੇ ਅੰਦਰ ਕੀਤਾ ਜਾਵੇ ਅਤੇ ਜੋ ਸਿੱਖ ਕੈਦੀ ਨੇ ਜਿਨ੍ਹਾਂ ਨੇ ਸਜ਼ਾਵਾਂ ਪੂਰੀਆਂ ਕਰ ਚੁੱਕੀਆਂ ਨੇ ਉਹਨਾਂ ਨੂੰ ਰਿਹਾਅ ਕੀਤਾ ਜਾਵੇ। ਇਹਨਾਂ ਤਿੰਨਾਂ ਮੁੱਦਿਆਂ ਨੂੰ ਲੈ ਕੇ ਕੌਮ ਦੇ ਹੱਕ ਦੇ ਲਈ ਉੱਥੇ ਅਰਦਾਸ ਕਰਕੇ ਜੂਨ ਪਹਿਲੀ ਤੋਂ ਬੈਠੇ ਹੋਏ ਨੇ ਉਹਨਾਂ ਨੂੰ ਜਾਣੀ ਕਿ 120-125 ਦਿਨ ਹੋ ਗਏ ਨੇ ਅਤੇ ਬਰਗਾੜੀ ਦੇ ਵਿੱਚ ਸੰਘਰਸ਼ ਨੂੰ ਚੜ੍ਹਦੀ ਕਲਾ ਵੱਲ ਦੇਖਦੇ ਹੋਏ ਜੋ ਉੱਥੋਂ ਦੀਆਂ ਸਰਕਾਰਾਂ ਨੇ ਕਾਂਗਰਸ ਸਰਕਾਰ ਨੇ ਵੀ 7 ਤਰੀਕ ਨੂੰ ਰੈਲੀ ਰੱਖੀ ਵੀ ਜੋ ਇਕੱਠ ਸਿੱਖਾਂ ਦਾ ਉੱਧਰ ਵੱਧ ਰਿਹਾ ਆ ਉਸ ਨੂੰ ਸਿੱਖਾਂ ਨੂੰ ਪੱਟ ਕੇ ਆਪਣੇ ਵੱਲ ਜੋੜਿਆ ਜਾਵੇ। ਫਿਰ ਜੋ ਅਕਾਲੀ ਸਰਕਾਰ ਹੈ ਉਸਨੇ ਵੀ ਇਹ ਚਾਲ ਖੇਡੀ ਵੀ ਹੁਣ ਅਸੀਂ ਆਪਣੇ ਆਪ ਨੂੰ ਪੰਥਕ ਹੋਣ ਦੀ ਗੱਲਬਾਤ ਕਰਨੀ ਆ, ਸਾਡੇ ਵੱਲ ਵੀ ਲੋਕ ਆਉਣ। ਤੁਸੀਂ ਸਾਨੂੰ ਦੱਸੋ ਜਹਦਾਰ ਜੀ ਵੀ ਬਰਗਾੜੀ ਦੇ ਵਿੱਚ ਜਿਹੜਾ ਠਾਠਾ ਮਾਰਦਾ ਇਕੱਠ ਆਪਾਂ ਅੱਜ ਵੇਖਿਆ 7 ਤਰੀਕ ਨੂੰ, ਆਪਾਂ ਸਾਰਾ ਸੋਸ਼ਲ ਮੀਡੀਆ ਦੇ ਉੱਪਰ ਫੋਟੋਆਂ ਆ ਰਹੀਆਂ ਆ ਵੀ ਉੱਥੇ 5 ਲੱਖ ਤੋਂ ਵੱਧ ਦਾ ਇਕੱਠ ਸੀਗਾ, ਕੁਛ ਤਾਂ ਇਸ ਤੋਂ ਵੱਧ ਵੀ ਦੱਸਦੇ ਨੇ ਪਰ ਚਲੋ ਗਿਣਤੀ ਆਪਾਂ 5 ਲੱਖ ਤੋਂ ਉੱਪਰ ਮੰਨ ਲੈਂਦੇ ਹਾਂ। ਉਸ ਦੇ ਬਾਰੇ ਤੁਸੀਂ ਸਾਨੂੰ ਸਾਰੀ ਥੋੜ੍ਹੀ ਜਿਹੀ ਡਿਟੇਲ ਦਿਓ ਵੀ ਕਿਹੋ ਜਿਹਾ ਇਕੱਠ ਰਿਹਾ, ਕਿਹੋ ਜਿਹਾ ਸਮਾਗਮ ਸੀ, ਤੁਸੀਂ ਉਸ ਦੇ ਬਾਰੇ ਦੱਸੋ। ਸਭ ਤੋਂ ਪਹਿਲਾਂ ਤਾਂ ਸੋਹਣ ਸਿੰਘ ਜੀ, ਆਪਾਂ ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ ਜੀ ਦਾ ਜੋ ਜੀਵਨ ਹੈ ਉਹਨਾਂ ਦਾ ਇੱਕ ਅਦੁੱਤੀ ਜੀਵਨ ਹੈ, ਨਾਮ ਸਿਮਰਨ ਦੇ ਉਹ ਰਸੀਏ ਹਨ ਅਤੇ ਪੂਰੀ ਰਹਿਤ ਮਰਿਆਦਾ ਅਨੁਸਾਰ ਆਪਦਾ ਬਾਣੇ ਦੇ ਵਿੱਚ ਹੀ ਵਿਚਰਦੇ ਹਨ ਜੀ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਿੱਚ ਵੀ ਉਹਨਾਂ ਨੇ ਬਹੁਤ ਸੇਵਾ ਨਿਭਾਈ ਅਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੀ ਚੋਣ ਦੇ ਵਿੱਚ ਉਹ ਸਾਡੇ ਹਲਕੇ ਇਲਾਕਾ ਸੰਦੌੜ ਦੇ ਵਿੱਚ ਅਕਸਰ ਆਇਆ ਕਰਦੇ ਸਨ। ਅਤੇ ਜਿਹੜੀ ਗੱਲ ਆਪਾਂ ਕਰਦੇ ਹਾਂ ਕਿ 1 ਜੂਨ ਜਦੋਂ 1 ਜੂਨ ਨੂੰ ਇਹ ਫੈਸਲਾ ਲਿਆ ਸਿੰਘ ਸਾਹਿਬ ਜੀ ਨੇ ਤਾਂ ਉਸ ਸਮੇਂ ਸਿੰਘ ਸਾਹਿਬ ਜੀ ਨਾਲ ਸਿਰਫ ਚੰਦ ਕੋ ਸਿੱਖ ਸੰਗਤਾਂ ਸਿਰ ਜੋੜ ਕੇ ਉਸ ਮੋਰਚੇ ਦੇ ਵਿੱਚ ਬੈਠੀਆਂ ਸਨ ਜੀ। 6 ਜੂਨ ਜੋ ਕਿ ਆਪਣਾ ਘੱਲੂਘਾਰਾ ਦਿਵਸ ਆਪਾਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਾ ਜੀ ਦਾ ਜੋ ਕੁਰਬਾਨੀ ਦਾ ਦਿਵਸ ਹੈ ਸ੍ਰੀ ਅਕਾਲ ਤਖਤ ਸਾਹਿਬ 'ਤੇ ਮਨਾਉਂਦੇ ਹਾਂ ਜੀ, ਉੱਥੋਂ ਜਦੋਂ ਸੰਗਤਾਂ ਮਨਾ ਕੇ ਵਾਪਸੀ 'ਤੇ ਆਈਆਂ ਤਾਂ ਵਾਪਸੀ ਦੇ ਉੱਪਰ ਬਗਰਾੜੀ ਵਿਖੇ ਹਾਜ਼ਰੀ ਲਗਵਾ ਕੇ ਆਏ ਤਾਂ ਉਸ ਸਮੇਂ ਵੀ ਸਿਰਫ ਗਿਣਤੀ ਦੇ ਸਿੰਘ ਹੀ ਮੋਰਚੇ ਉੱਪਰ ਡਟੇ ਹੋਏ ਸਨ। ਉਸ ਤੋਂ ਬਾਅਦ ਲਗਾਤਾਰ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ, ਜਿਨ੍ਹਾਂ ਦੀ ਕਿ ਪੂਰੀ ਸਿਹਤ ਵੀ ਇਜਾਜ਼ਤ ਨਹੀਂ ਦਿੰਦੀ ਇੰਨਾ ਹਾਰਡ ਵਰਕ ਕਰਨ ਲਈ, ਕਿ ਤੁਹਾਨੂੰ ਦੱਸ ਦਈਏ ਕਿ ਉਹ ਜਾਂ ਤਾਂ ਆਪਦਾ PGI ਤੋਂ ਚੈੱਕਅਪ ਕਰਵਾਉਂਦੇ ਸਨ ਜਾਂ ਪਿੰਡ ਪਿੰਡ ਜਾ ਕੇ ਉਹ ਸੰਗਤਾਂ ਨੂੰ ਪ੍ਰੇਰਿਤ ਕਰਦੇ ਸਨ ਅਤੇ ਬਗਰਾੜੀ ਮੋਰਚੇ ਦੇ ਵਿੱਚ ਸੰਗਤਾਂ ਨੂੰ ਜਾਣ ਦੇ ਲਈ ਪ੍ਰੇਰਿਤ ਕਰਦੇ ਸਨ। ਸ਼ੁਰੂ ਦੇ ਵਿੱਚ ਕੁਝ ਪ੍ਰਸ਼ਾਸਨ ਨੇ ਵੀ ਬਗਰਾੜੀ ਮੋਰਚੇ ਦੇ ਵਿੱਚ ਸੰਗਤਾਂ ਦੇ ਪਹੁੰਚਣ 'ਤੇ ਪਾਬੰਦੀਆਂ ਲਗਾਈਆਂ, ਪਰ ਸਰਦਾਰ ਸਿਮਰਨਜੀਤ ਸਿੰਘ ਜੀ ਨੇ ਮਾਨ ਜੀ ਨੇ ਅਗਵਾਈ ਕਰਕੇ ਸੰਗਤਾਂ ਨੂੰ ਬਗਰਾੜੀ ਮੋਰਚੇ ਦੇ ਵਿੱਚ ਲੈ ਕੇ ਗਏ ਅਤੇ ਹੌਲੀ ਹੌਲੀ ਕਾਫਲਾ ਕਾਰਵਾਂ ਦੇ ਰੂਪ ਦੇ ਵਿੱਚ ਅੱਜ ਅਸੀਂ ਦੇਖ ਰਹੇ ਹਾਂ ਕਿ 5 ਤੋਂ 10 ਲੱਖ ਦੀ ਗਿਣਤੀ ਦੇ ਵਿੱਚ ਸਿੱਖ ਸੰਗਤ ਜੋ 7 ਜੂਨ ਆਪਣੇ 7 ਅਕਤੂਬਰ ਨੂੰ ਜੀ 7 ਅਕਤੂਬਰ ਨੂੰ ਬਗਰਾੜੀ ਵਿਖੇ ਪਹੁੰਚੀ ਹੈ। ਸੋ ਇਹ ਮੋਰਚਾ ਅਜੇ ਵੀ ਜਾਰੀ ਹੈ ਅਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਆਪਾਂ ਬਿਲਕੁਲ ਸਿੰਘ ਸਾਹਿਬ ਭਾਈ ਧਿਆਨ ਸਿੰਘ ਜੀ ਮੰਡ ਜੀ ਦੀ ਅਗਵਾਈ ਦੇ ਵਿੱਚ ਇਹ ਮੋਰਚਾ ਚੱਲ ਰਿਹਾ ਹੈ ਅਤੇ ਜੋ ਵੀ ਕੌਮ ਦੇ ਦੋਖੀ ਹਨ, ਕੌਮ ਦੇ ਦੋਸ਼ੀ ਹਨ, ਉਹਨਾਂ ਨੂੰ ਜੇਲ੍ਹਾਂ ਦੀਆਂ ਸਲਾਖਾਂ ਦੇ ਪਿੱਛੇ ਜਾਣਾ ਹੀ ਪਵੇਗਾ ਜੀ। ਆਪ ਜੀ ਨੇ ਦੱਸਿਆ ਵੀ ਸੰਘਰਸ਼ ਦੇ ਸਮੇਂ ਤੋਂ ਆਪ ਜੀ ਪਾਰਟੀ ਦੇ ਨਾਲ ਜੁੜੇ ਹੋਏ ਹੋ, ਤੁਹਾਡੇ ਆਪਾਂ ਜਦੋਂ ਬੈਠੇ ਸੀ ਸਟੂਡੀਓ ਦੇ ਵਿੱਚ ਤੁਸੀਂ ਦੱਸ ਵੀ ਰਹੇ ਸੀਗੇ ਵੀ ਤੁਹਾਡੀ ਉਦੋਂ ਤੁਸੀਂ ਜਵਾਨੀ ਦੇ ਟਾਈਮ ਸੀਗਾ ਜਦੋਂ ਮਾਨ ਸਾਹਿਬ 89 ਦੇ ਵਿੱਚ ਜਾਂ ਧਿਆਨ ਸਿੰਘ ਜੀ ਮੰਡ ਹੋਣੀ ਜਦੋਂ 89 ਦੇ ਇਲੈਕਸ਼ਨ ਹੁੰਦੇ ਆ ਉਦੋਂ ਉਹਨਾਂ ਨੂੰ MP ਚੁਣਿਆ ਜਾਂਦਾ ਹੈ, ਕਿਹੋ ਜਿਹਾ ਸਮਾਂ ਸੀਗਾ? ਜਿੱਦਾਂ ਹੁਣ ਮੇਰਾ ਜਨਮ 84 ਦਾ ਆਇਆ ਅਤੇ ਸਾਡੇ ਵਰਗੇ ਯੂਥ ਨੂੰ ਤੁਸੀਂ ਦੱਸੋ, ਕਿਉਂਕਿ ਉਦੋਂ ਮੀਡੀਆ ਸਿਰਫ ਇੱਕ ਪੱਖੀ ਗੱਲ ਹੀ ਦੱਸਦਾ ਹੁੰਦਾ ਸੀਗਾ ਜੋ ਕਿ ਸਰਕਾਰ ਦਾ ਪੱਖ ਸੀ ਉਹੀ ਸਾਹਮਣੇ ਆਉਂਦਾ ਸੀਗਾ। ਸਾਨੂੰ ਪਤਾ ਹੈ ਵੀ ਮਾਨ ਸਾਹਿਬ ਦੇ ਜਦੋਂ ਬਿਆਨ ਵੀ ਲੱਗਦੇ ਹੁੰਦੇ ਸੀ ਉਹ ਅਖਬਾਰਾਂ ਦੇ ਵਿੱਚ ਸੈਂਸਰ ਹੋ ਕੇ ਲੱਗਦੇ ਹੁੰਦੇ ਸੀਗੇ, ਜਿਹੜਾ ਉਹਨਾਂ ਨੂੰ ਠੀਕ ਬਹਿੰਦਾ ਸੀ ਉਹ ਕਰ ਦਿੰਦੇ ਸੀਗੇ, ਜਿਹੜਾ ਕੌਮ ਦੇ ਨਾਮ ਕੋਈ ਸੰਦੇਸ਼ ਦੇਣਾ ਚਾਹੁੰਦੇ ਸੀ ਜਾਂ ਕੌਮ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਸੀ ਸਰਦਾਰ ਸਿਮਰਜੀਤ ਸਿੰਘ ਮਾਨ, ਉਹ ਬਾਹਰ ਨਹੀਂ ਸੀ ਆਉਂਦਾ ਐਜ਼ ਇਟ ਇਜ਼। ਸੋ ਤੁਸੀਂ ਸਾਨੂੰ ਥੋੜ੍ਹਾ ਜਿਹਾ ਉਸ ਸਮੇਂ ਦਾ ਸਮਾਂ ਦੱਸੋ ਵੀ ਜਦੋਂ 89 ਦੇ ਵਿੱਚ ਸਰਦਾਰ ਸਿਮਰਜੀਤ ਸਿੰਘ ਮਾਨ ਜਾਂ ਧਿਆਨ ਸਿੰਘ ਮੰਡ ਜਾਂ ਹੋਰ ਜੋ 13 MP ਸੀਗੇ ਉਦੋਂ
ਜੋ ਕਮੇਟੀ ਪੰਥਕ ਕਮੇਟੀ ਨੇ ਜਾਂ ਬਾਬਾ ਜਗਿੰਦਰ ਸਿੰਘ ਉਹਨਾਂ ਨੇ ਟਿਕਟਾਂ ਦਿੱਤੀਆਂ ਸੀਗੀਆਂ ਉਹਨਾਂ ਦੇ ਮੁਤਾਬਕ ਚੁਣੇ ਗਏ ਸੀਗੇ, ਕਿਹੋ ਜਿਹਾ ਮਾਹੌਲ ਸੀਗਾ ਅਤੇ ਸਿੱਖਾਂ ਦੇ ਵਿੱਚ ਕਿਹੋ ਜਿਹਾ ਉਤਸ਼ਾਹ ਸੀਗਾ ਜੀ? ਹਾਂਜੀ, ਸੁਣ ਸਿੰਘ ਜੀ, 1999 ਦੇ ਵਿੱਚ ਜੇ ਉਸ ਸਮੇਂ ਦੀ ਗੱਲ ਕਰੀਏ ਤਾਂ ਉਸ ਸਮੇਂ ਹੋਰ ਪਾਰਟੀਆਂ ਦੇ ਨਾਲ ਨਾਲ ਤਿੰਨ ਪੰਥਕ ਪਾਰਟੀਆਂ ਸੀ ਜੋ ਉਹ ਮੈਦਾਨ ਦੇ ਵਿੱਚ ਸਨ ਜੀ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਹਨਾਂ ਦੀ ਅਗਵਾਈ ਦੇ ਵਿੱਚ ਪੰਥਕ ਅਕਾਲੀ ਦਲ ਚੋਣ ਲੜ ਰਿਹਾ ਸੀ, ਚੋਣ ਨਿਸ਼ਾਨ ਤੀਰ ਨਿਸ਼ਾਨ ਸੀ। ਸੰਗਰੂਰ ਤੋਂ ਸੁਖਦੇਵ ਸਿੰਘ ਢੀਂਡਸਾ ਜੀ ਚੋਣ ਲੜ ਰਹੇ ਸਨ। ਸ਼੍ਰੋਮਣੀ ਅਕਾਲੀ ਦਲ ਕਾਬਲ ਸਿੰਘ ਜੋ ਕਿ ਸਰਦਾਰ ਸੁਰਜੀਤ ਸਿੰਘ ਬਰਨਾਲੇ ਦੀ ਅਗਵਾਈ ਦੇ ਵਿੱਚ ਚੋਣ ਲੜ ਰਿਹਾ ਸੀ, ਜਥੇਦਾਰ ਤੋਤਾ ਸਿੰਘ ਜੀ ਸੰਗਰੂਰ ਤੋਂ ਚੋਣ ਲੜ ਰਹੇ ਸਨ, ਚੋਣ ਨਿਸ਼ਾਨ ਤੱਕੜੀ ਸੀ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜੋ ਕਿ ਉਸ ਸਮੇਂ ਆਪਣੇ ਬਾਪੂ ਜੋਗਿੰਦਰ ਸਿੰਘ ਜੀ ਕਹਿੰਦੇ ਸਨ, ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂ ਵਾਲਿਆਂ ਦੇ ਪਿਤਾ ਜੀ ਸਨ ਬਾਪੂ ਜੋਗਿੰਦਰ ਸਿੰਘ ਜੀ, ਉਹਨਾਂ ਦੀ ਅਗਵਾਈ ਦੇ ਵਿੱਚ ਚੋਣ ਲੜ ਰਿਹਾ ਸੀ ਅਤੇ ਸੰਗਰੂਰ ਤੋਂ ਸਰਦਾਰ ਰਾਜਦੇਵ ਸਿੰਘ ਖਾਲਸਾ ਜੀ ਬਰਨਾਲੇ ਵਾਲੇ ਵਕੀਲ ਉਹ ਉਮੀਦਵਾਰ ਸਨ ਜੀ। ਤੁਸੀਂ ਸੱਚ ਨਹੀਂ ਮੰਨਣਾ ਕਿ ਵੋਟਾਂ ਤੋਂ 2 ਦਿਨ ਪਹਿਲਾਂ ਤੱਕ ਵੀ ਲੋਕਾਂ ਨੂੰ ਰਾਜਦੇਵ ਸਿੰਘ ਜੀ ਬਾਰੇ ਕੋਈ ਜਾਣਕਾਰੀ ਨਹੀਂ ਸੀ। 2 ਜਾਂ 4 ਦਿਨਾਂ ਦੇ ਵਿੱਚ ਹੀ ਪੂਰੇ ਪੰਜਾਬ ਦੇ ਵਿੱਚ ਬਾਜ ਬਾਜ ਉੱਡਦਾ ਬਾਜ ਹੋ ਗਈ ਅਤੇ ਜੋ ਤੀਰ ਨਿਸ਼ਾਨ ਅਤੇ ਤੱਕੜੀ ਦੇ ਨਿਸ਼ਾਨ 'ਤੇ ਚੋਣ ਲੜ ਰਹੇ ਸਨ ਉਹਨਾਂ ਦੀਆਂ ਜ਼ਮਾਨਤਾਂ ਤੱਕ ਜ਼ਬਤ ਹੋਈਆਂ। ਉਸ ਸਮੇਂ ਪੰਥ ਦੇ ਵਿੱਚ ਇੱਕ ਇਸ ਤਰ੍ਹਾਂ ਦੀ ਏਕੇ ਦੀ ਜੋ ਲਹਿਰ ਬਣੀ ਅਤੇ ਉਹਨਾਂ ਨੇ ਜੋ ਬਾਪੂ ਜੋਗਿੰਦਰ ਸਿੰਘ ਜੀ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਚੋਣ ਲੜ ਰਿਹਾ ਸੀ, ਉਸ ਅਕਾਲੀ ਦਲ ਨੂੰ ਅਤੇ ਉਹਨਾਂ ਦੀ ਸਹਿਯੋਗੀ ਜਥੇਬੰਦੀ ਉਸ ਸਮੇਂ ਸੀ ਬਹੁਜਨ ਸਮਾਜ ਪਾਰਟੀ ਜੀ, ਅਤੇ ਬਹੁਜਨ ਸਮਾਜ ਪਾਰਟੀ ਇਹਨਾਂ ਦੇ ਉਮੀਦਵਾਰਾਂ ਨੂੰ ਇੱਕ ਵੱਡੀ ਜਿੱਤ ਦਿੱਤੀ। ਤਰਨ ਤਾਰਨ ਤੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੇ ਮੁਕਾਬਲੇ ਅਕਾਲੀ ਦਲ ਦਾ ਦੂਸਰੇ ਅਕਾਲੀ ਦਲਾਂ ਦਾ ਕੋਈ ਵੀ ਉਮੀਦਵਾਰ ਨਹੀਂ ਸੀ, ਇਹ ਸਰਬ ਸਾਂਝੇ ਉਮੀਦਵਾਰ ਸਨ। ਇਸੇ ਤਰ੍ਹਾਂ ਬੀਬੀ ਬਿਮਲ ਕੌਰ ਖਾਲਸਾ ਜੀ ਉਹ ਵੀ ਸਰਬ ਸਾਂਝੇ ਉਮੀਦਵਾਰ ਸਨ ਅਤੇ ਇਹਨਾਂ ਦੋਹਾਂ ਨੇ ਹੀ ਉਸ ਸਮੇਂ ਇੱਕ ਵੱਡੀ ਲੀਡ ਲੈ ਕੇ ਇਹ ਆਪਣੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਪਹੁੰਚੇ ਨੇ ਅਤੇ ਪੂਰੇ ਪੰਜਾਬ ਦੇ ਵਿੱਚ ਇੱਕ ਹਨੇਰੀ ਝੁੱਲ ਗਈ ਸੀ ਅਤੇ ਉੱਡਦਾ ਬਾਜ 2-4 ਦਿਨਾਂ ਦੇ ਵਿੱਚ ਹੀ ਹੋ ਗਈ ਸੀ ਜੀ। ਜਿੱਦਾਂ ਤੁਸੀਂ ਗੱਲਬਾਤ ਬਹੁਤ ਡਿਟੇਲ ਦੇ ਨਾਲ ਦੱਸੀ ਆ, ਸਾਨੂੰ ਸੁਣ ਕੇ ਗੱਲਾਂ ਦਾ ਪਤਾ ਲੱਗਦਾ ਆ, ਕਿਉਂਕਿ ਮੀਡੀਆ ਉਦੋਂ ਜੋ ਇੰਡੀਅਨ ਸਟੇਟ ਹੈ ਉਸਦੇ ਅੰਡਰ ਸੀਗਾ। ਹਾਲੇ ਵੀ ਬਹੁਤ ਸਾਰਾ ਮੀਡੀਆ, 500 ਤੋਂ ਵੱਧ ਚੈਨਲ ਚੱਲਦੇ ਨੇ ਜਿਹੜੇ ਉਹ ਆਪਣੇ ਗੁਣਗਾਨ ਕਰਦੇ ਆ, ਹਾਲਾਂਕਿ ਸਿੱਖ ਪੰਥ ਦੇ ਕਹਾਉਣ ਵਾਲੇ ਚੈਨਲ ਵੀ ਉਹ ਗੱਲਾਂ ਨਹੀਂ ਕਰਦੇ ਜੋ ਅੱਜ ਇੱਥੇ ਅਦਾਰਾ ਖਾਲਿਸਤਾਨ ਨੇ ਸਾਨੂੰ ਪਲੈਟਫਾਰਮ ਦਿੱਤਾ ਆ, ਇੱਥੋਂ ਅਸੀਂ ਉਹ ਗੱਲਾਂ ਕੱਢ ਕੇ ਲੈ ਕੇ ਆਉਂਦੇ ਹਾਂ ਜੋ ਜਿਨ੍ਹਾਂ ਗੱਲਾਂ ਨੇ ਇਤਿਹਾਸ ਸਿਰਜਿਆ ਹੈ। ਸੋ ਖਾਲਸਾ ਜੀ, ਤੁਸੀਂ ਗੱਲ 89 ਦੀ ਦੱਸੀ, ਫਿਰ ਆਪਾਂ ਸਭ ਨੂੰ ਪਤਾ ਹੈ ਵੀ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਨਾਲ ਜੋ ਕਿਰਪਾਨ ਦਾ ਮੁੱਦਾ ਹੈ ਉਹ ਜੁੜਿਆ ਹੋਇਆ ਆ, ਹਾਂਜੀ, ਉਸ ਦੇ ਬਾਰੇ ਵੀ ਥੋੜ੍ਹਾ ਸਾਨੂੰ ਦਰਸ਼ਕਾਂ ਨੂੰ ਦੱਸੋ, ਕਿਉਂਕਿ ਤੁਸੀਂ ਉਸ ਪਾਰਟੀ ਦੇ ਨੁਮਾਇੰਦੇ ਹੋ, ਤੁਸੀਂ ਬਹੁਤ ਲੰਮਾ ਸਮਾਂ ਹੋ ਗਿਆ ਤੁਸੀਂ ਸੰਘਰਸ਼ ਕਰਦੇ ਆ ਰਹੇ ਹੋ, ਥੋੜ੍ਹਾ ਜਿਹਾ ਸਾਨੂੰ ਉਸ ਸਮੇਂ ਦਾ ਮਾਹੌਲ ਦੱਸੋ ਜਦੋਂ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਕਿਰਪਾਨ ਦਾ ਵਾਸਤੇ ਪਾਰਲੀਮੈਂਟ ਦੇ ਵਿੱਚ ਜਾਣ ਨਹੀਂ ਦਿੱਤਾ ਗਿਆ ਅਤੇ ਕੁਛ ਲੋਕ ਇਹ ਵੀ ਕਹਿੰਦੇ ਆ ਵੀ ਉਹਨਾਂ ਨੂੰ ਕਿਰਪਾਨ ਛੱਡ ਕੇ ਉੱਥੇ ਅੰਦਰ ਜਾਣਾ ਚਾਹੀਦਾ ਸੀ, ਉੱਥੇ ਉਹਨਾਂ ਦੀ ਗੱਲ ਕਰਨੀ ਚਾਹੀਦੀ ਸੀ, ਇਸ ਦੇ ਬਾਰੇ ਤੁਸੀਂ ਥੋੜ੍ਹਾ ਐਕਸਪਲੇਨ ਕਰ ਸਕਦੇ ਹੋ ਵੀ ਉਹਨਾਂ ਨੇ ਕਿਰਪਾਨ ਦਾ ਮੁੱਦਾ ਸੀਗਾ ਕੀ? ਹਾਂਜੀ, ਦੇਖੋ ਜੀ, ਜੋ ਵੀ ਪਾਰਟੀਆਂ ਹੁੰਦੀਆਂ ਨੇ ਉਹਨਾਂ ਦੇ ਆਪਦੇ ਸਿਧਾਂਤ ਹੁੰਦੇ ਨੇ ਜੀ। ਇਸੇ ਤਰ੍ਹਾਂ ਹੀ ਜਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੀ ਅਗਵਾਈ ਜਾਂ ਬਾਪੂ ਜੋਗਿੰਦਰ ਸਿੰਘ ਜੀ ਦੀ ਅਗਵਾਈ ਦੇ ਵਿੱਚ ਪਾਰਟੀ ਨੇ ਚੋਣ ਲੜੀ ਅਤੇ ਆਪਣੇ MP ਜਿਤਾਏ, ਉਸ ਸਮੇਂ ਸਰਦਾਰ ਸਿਮਰਨਜੀਤ ਸਿੰਘ ਮਾਨ ਅਤੇ ਸਰਦਾਰ ਅਤਿੰਦਰਪਾਲ ਸਿੰਘ ਪਟਿਆਲੇ ਵਾਲੇ ਪਟਿਆਲੇ ਤੋਂ ਚੋਣ ਲੜੇ ਸੀ, ਜਿੰਦਾ ਕੁੰਜੀ ਚੋਣ ਨਿਸ਼ਾਨ 'ਤੇ ਚੋਣ ਲੜੇ ਸੀ ਉਹ, ਅਤੇ ਇਹ ਸਾਰੇ ਜੋ ਸਨ ਜੇਲ੍ਹ ਵਿੱਚ ਸਨ ਜੀ। ਪਾਰਟੀ ਦਾ ਇਹ ਪ੍ਰੋਗਰਾਮ ਸੀ ਕਿ ਜਿੰਨਾ ਚਿਰ ਸਾਰਿਆਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ ਅਤੇ ਸਾਰੇ ਉਮੀਦਵਾਰ ਪਾਰਲੀਮੈਂਟ ਦੇ ਵਿੱਚ ਨਹੀਂ ਜਾਂਦੇ, ਉਹਨਾਂ ਚਿਰ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਕਹਿੰਦੇ ਕਿ ਅਸੀਂ ਪਾਰਲੀਮੈਂਟ ਦੇ ਵਿੱਚ ਨਹੀਂ ਜਾਵਾਂਗੇ। ਸਿੰਘ ਸਾਹਿਬ ਜਥੇਦਾਰ ਭਾਈ ਧਿਆਨ ਸਿੰਘ ਜੀ ਮੰਡ ਜੋ ਕਿ ਅੱਜ ਬਗਰਾੜੀ ਵਿਖੇ ਮੋਰਚਾ ਲਗਾ ਕੇ ਬੈਠੇ ਹਨ, ਇਹਨਾਂ ਦਾ ਪਿਛੋਕੜ ਦਮਦਮੀ ਟਕਸਾਲ ਤੋਂ ਹੈ, ਚੌਕ ਮਹਿਤੇ ਤੋਂ ਹੈ। ਇਹਨਾਂ ਦੇ ਭਰਾਵਾਂ ਨੂੰ ਪੁਲਿਸ ਤਸੱਦਦ ਦੇ ਵਿੱਚ ਪੁਲਿਸ ਨੇ ਚੱਕ ਕੇ ਆਪਾਂ ਨੂੰ ਪਤਾ ਹੈ ਕਿ ਸ਼ਹੀਦ ਵੀ ਕੀਤਾ ਹੋਇਆ ਹੈ ਅਤੇ ਹਥਿਆਰਬੰਦ ਸਿੱਖ ਸੰਘਰਸ਼ ਦੇ ਵਿੱਚ ਵੀ ਇਹਨਾਂ ਦੇ ਪਰਿਵਾਰ ਦਾ ਯੋਗਦਾਨ ਰਿਹਾ ਹੈ। ਸੋ ਜਦੋਂ ਭਾਈ ਧਿਆਨ ਸਿੰਘ ਮੰਡ ਜੀ ਜਾਣ ਲੱਗੇ, ਇਹਨਾਂ ਕੋਲ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਹੋਈ ਅਤੇ ਦਮਦਮੀ ਟਕਸਾਲ ਚੌਕ ਮਹਿਤਾ ਤੋਂ ਇਹਨਾਂ ਦਾ ਜੋ ਸਿਧਾਂਤ ਸੀ, ਸਿੱਖੀ ਸਿਧਾਂਤ ਸੀ, ਉਹ ਇਹਨਾਂ ਨੂੰ ਇਸ ਗੱਲ ਦੀ ਇਜਾਜ਼ਤ ਨਹੀਂ ਸੀ ਦਿੰਦਾ
कि बगैर कृपाण तो असी पार्लीमेंट के अंदर जाइए। सो सरदार सिमरनजीत सिंह मान जी का सिद्धांत यह सी कि पहला सारे जान फिर असी जावांगे। जितों तक आप रही गल भी अंदर जाके अपनी आवाज़ बुलंद करन दी, तुहानू मैं याद करवा दिया कि लुधियाने तो मैंबर पार्लीमेंट बने सन बीबी रजिंदर कौर बुलारा जी। उस समय दियां तुसीं वीडियो स्पीच वेखो तो कढ़ो, बीबी रजिंदर कौर बुलारा जी पार्लीमेंट दे विच जांदे हन अते खालिस्तान दे उपर बेबाकी दे नाल उन्होंने अपनी स्पीच दित्ती जी। हाँ जी जी, फिर जिहड़ा मुद्दा हुण अज लोकी उठाउंदे ने भी सो तुसीं कहना चाहुंदे भी ये ध्यान सिंह मान होना का मुद्दा सीगा ते सरदार सिमरजीत सिंह मान होना ने कोई सलाह करके ये उन्होंने गलबात की जां उन्होंने राइट वे फैसला ले लिया सीगा भी ये कृपान तो बगैर मैं नहीं जाना चाहता, जो कि कॉन्स्टिट्यूशनली हक मिलिया होया सिखा नू, दो ही हक ने धारा 25 दे विच, एक तो वह कृपान कैरी कर सकते ने ते एक वो आल द टाइम तुसी पा सकते ने। सो ये हक उन्होंने मिले हुए सीगे संविधान दे विच लिखे होने के बावजूद भी उन्होंने ये हक उन्होंने यूज़ नहीं करन दिता भी उन्होंने प्रैक्टिकल तौर पर गल लिखा होया है पर उन्होंने वरतन नहीं दिता, वो कहिंदे भी तुसी अंदर जाके इस गल का मुद्दा हटाओ पर जिहड़ा तुहानू हक मिलिया होया है वह हक नूं तुसी वरत नहीं सकते। ये गल सरदार सिमरजीत सिंह मान जां तुहाडी पार्टी लोगों तक रखण दे विच कित्थों तक कामयाब हुई है? देखो जी, ये मसला सरदार सिमरनजीत सिंह मान जी का नहीं बल्कि कौम का मसला सी जी। इस तो पहला भी जिहड़े कौम के कौमी जथेदार सन, जथेदार तुर जी, जथेदार तुर जी 3 फुटी कृपान लैके ही मैंबर एज ए मैंबर पार्लीमेंट भारत की पार्लीमेंट में जाते रहे ने। सो यह कोई मसला नहीं सी भारतीय हुकूमत दे अगे कि वह जथेदार सिंह साहब भाई ध्यान सिंह मंड जी नूं इजाजत ना दिंदी। जेकर आप गल करिए भी कृपाण का मसला छड्ड दिंदे तां वह एक किस्म का कौम ने एक गुलामी सीगी जो वह एक्सैप्ट कर लेनी सी। सो इत्थे गल तां सी जो वह कौमी सिद्धांतों की गल सी। सो कोई सरदार सिमरनजीत सिंह मान जी ने कोई निजी फायदा नहीं लिया वो भी जेकर वह कृपाण लैके नहीं गए उन्होंने कोई निजी फायदा होया, एक कौमी सिद्धांतों की गल सी कि कौमी सिद्धांत ने जोड़े वो साढ़े सरदार सिमरनजीत सिंह मान जी ने थले नहीं लगन दिते, उन्होंने हमेशा ही कौमी सिद्धांतों पर पहरा दिता जी। सरदार सिमरनजीत सिंह मान का सारियां नूं अज इन्हां नूं पता है भी लोगों नूं भी किन्ना लम्मा समा हो गया संघर्ष करदिआं नूं, भावें जिन्ने भी तुसीं नाम दसे राजदेव सिंह जी हुणी हो गए जां उतेंद्रपाल हुणी हो गए, सिर्फ ध्यान सिंह जी मंड हुणी उन्हां दे नाल खड़े ने मोढे नाल मोढा ला के, पर जिन्ने भी होर MP सन इस जुल्म दी हनेरी दे विच सारे किनारा करके उन्हां तों दूर हो चुके ने, पर सरदार सिमरजीत सिंह मान जो एक संघर्ष हुंदा आ उस दे उपर डट के खड़े ने, कौम उन्हां नूं हमेशा याद रखेगी भी सरदार सिमरजीत सिंह मान कदे नहीं विके ते उन्होंने हमेशा औखा काम जो खालिस्तान की गल है एक वह बफर स्टेट बनाने की गल करते ने, पाकिस्तान जो इस्लामिक कंट्री है, हिंदुस्तान हिंदू कंट्री, चाइना कम्युनिस्ट कंट्री, उन्होंने विचाले बफर स्टेट खालिस्तान की गल करते हैं। 2007 तो उन्होंने विच सुप्रीम कोर्ट के विच केस भी विन किया भी जिथे सिख पंजाब दे विच रह के पीसफुल तरीके दे नाल खालिस्तान की गल कर सकते हैं। सो इस गल करके असी तुहानू अते तुहाडी पार्टी सरदार सिमरजीत सिंह मान नू शाबाशी भी दिंदे हां भी तुसीं एडा संघर्ष वाला काम मैनू साडे बजुर्गों तो मैं सुनदा गल्ला भी पंजाब दे विच लोकी खखा कहण तो डरदे सी, अज खालिस्तान दे नारे उत्थे आपां स्टेजां उत्तों लगदे ने। तुहाडी पार्टी अते सरदार सिमरजीत सिंह मान दी इह सारी मैं देन कह सकदा हां भी इन्ना संघर्ष उन्होंने अपने पिंडे ते हंडाया। अज जो तुहाडे लीडरशिप दे उपर मैं गलबात करनी चाहुंदा हां भी सरदार सिमरजीत सिंह मान प्रूव कर चुके ने लोगों नूं दसण दी लोड़ नहीं सरदार सिमरजीत सिंह मान है कौन ने, पर गल हुण आ जांदी है दूजे पद्धर दी लीडरशिप दी। मैं ये जानने की कोशिश करनी चाहुंदा तुहाडे तों जिहड़ी दूजे पद्धर दी लीडरशिप हैगी है सरदार मान तों थल्ले दी, उह अपने नाल जो यूथ है उसनू कातू नहीं कनैक्ट कर पा रही, समय दर समय आपां वेखदे रहिंदे आ सारा यूथ अवेयर हैगा आ उहनां वह गल करनी चाहुंदे आ अपने कौमी घर की, पर समहाओ एक जड़ा ब्लॉक हैगा आ सरदार मान दे अते यूथ दे विचाले मैनू ऐ लगता है जां लोकी कहिंदे ने भी सरदार जिहड़े दूजे दूजे लीडर दूजे पद्धर की लीडरशिप है वह कुछ वर्क
ਉਹਨਾਂ ਨੂੰ ਥੋੜ੍ਹਾ ਜਿਹਾ ਚੇਂਜ ਕਰਨਾ ਚਾਹੀਦਾ, ਤੁਸੀਂ ਕੀ ਭਾਵ ਸਮਝਦੇ ਇਸ ਬਾਰੇ? ਇਹ ਸੋਹਣ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਸਾਨੂੰ ਸਰਦਾਰ ਸਿਮਰਨਜੀਤ ਸਿੰਘ ਮਾਨ ਬਾਰੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜੀ। ਉਸ ਦਿਨ ਸਾਡੇ ਗ੍ਰਹਿ ਵਿਖੇ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਬੈਠੇ ਹੋਏ ਸੀ, ਉਹਨਾਂ ਨੂੰ ਇੱਕ ਪੱਤਰਕਾਰ ਦਾ ਟੈਲੀਫੋਨ ਆਇਆ, ਕਿਉਂਕਿ ਪੱਤਰਕਾਰ ਕੀ ਸਵਾਲ ਕਰ ਰਿਹਾ ਸੀ ਇਹ ਨਹੀਂ ਪਤਾ ਜੀ। ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੇ ਉਹਨਾਂ ਨੂੰ ਕਿਹਾ, ਜੋ ਜਵਾਬ ਦਿੱਤਾ, ਉਹ ਕਹਿੰਦੇ ਕਿ ਮੈਂ ਆਪਣੀ ਮਾਂ ਦਾ ਦੁੱਧ ਪੀਤਾ, ਮੈਂ ਦਿੱਲੀ ਤਖ਼ਤ ਨਾਲ ਮੱਥਾ ਲਗਾ ਸਕਦਾ, ਪਰ ਮੈਨੂੰ ਮਾਂ ਨੇ ਅਜਿਹਾ ਦੁੱਧ ਨਹੀਂ ਪਿਆਇਆ ਕਿ ਮੈਂ ਅਕਾਲ ਤਖ਼ਤ ਨਾਲ ਮੱਥਾ ਲਗਾਵਾਂ। ਸੋ ਉਹਨਾਂ ਸ਼ਬਦਾਂ ਦੇ ਵਿੱਚੋਂ ਹੀ ਮੈਂ ਮਹਿਸੂਸ ਕੀਤਾ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਜੋ ਕਿ ਬੇਬਾਕੀ ਦੇ ਨਾਲ ਦਿੱਲੀ ਤਖ਼ਤ ਦੇ ਨਾਲ ਮੱਥਾ ਲਗਾਈ ਬੈਠੇ ਨੇ, ਉਹਨਾਂ ਦੇ ਦਿਲ ਦੇ ਅੰਦਰ ਕਿੰਨੀ ਸ਼ਰਧਾ ਅਤੇ ਸਤਿਕਾਰ ਸ੍ਰੀ ਅਕਾਲ ਤਖ਼ਤ ਸਾਹਿਬ ਬਾਰੇ ਹੈ। ਉਸ ਸਮੇਂ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਪਰ ਸੀ ਜੋ ਕੁਝ ਕਿੰਤੂ ਪ੍ਰੰਤੂ ਹੋ ਰਹੇ ਸਨ, ਅਤੇ ਇਹ ਸਰਦਾਰ ਸਿਮਰਨਜੀਤ ਸਿੰਘ ਮਾਨ ਜੀਆਂ ਦੀ ਉਸ ਸਮੇਂ ਦਸ ਦੇ ਗ੍ਰਹਿ ਫੌਜੇਵਾਲ ਵਿਖੇ ਬੈਠੇ ਸਨ ਜਦੋਂ ਉਹਨਾਂ ਨੇ ਇਹ ਬਿਆਨ ਆਪਣਾ ਉਸ ਪੱਤਰਕਾਰ ਵੀਰ ਨੂੰ ਦਿੱਤਾ। ਹੁਣ ਤੁਸੀਂ ਜੋ ਗੱਲ ਕਰਦੇ ਹੋ ਕਿ ਜੋ ਸੈਕੰਡ ਲੀਡਰਸ਼ਿਪ ਹੈ, ਉਹ ਇੱਕ ਯੂਥ ਹੈ, ਜੋ ਮੌਕੇ ਦਾ ਯੂਥ, ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨਾਲ ਕਿਉਂ ਨਹੀਂ ਜੁੜ ਰਿਹਾ? ਇਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਨੇ, ਜਿਹੜਾ ਹੈ ਸਭ ਤੋਂ ਵੱਡੀ ਗੱਲ ਤੁਹਾਨੂੰ ਮੈਂ ਦੱਸ ਦਿਆਂ ਕਿ ਵੀ ਜੋ ਸਭ ਤੋਂ ਵੱਡੀ ਗੱਲ ਆ ਜੀ, ਉਹ ਜੋ ਯੂਥ ਹੈ, ਉਹ ਜੋ ਲੋਕਤੰਤਰਿਕ ਤਰੀਕੇ ਦੇ ਨਾਲ ਅਸੀਂ ਸਿੱਖ ਸੰਘਰਸ਼ ਨੂੰ ਅੱਗੇ ਵਧਾਉਣ ਦੀ ਗੱਲ ਕਰਦੇ ਹਾਂ, ਉਹ ਯੂਥ ਦੇ ਇਹ ਗੱਲ ਥੋੜ੍ਹੀ ਜਿਹੀ ਘੱਟ ਸਮਝ ਦੇ ਵਿੱਚ ਆ ਰਹੀ ਹੈ। ਯੂਥ ਹਮੇਸ਼ਾ ਹੀ ਗਰਮ ਨਾਅਰਿਆਂ ਦੀ ਤਵੱਜੋ ਕਰਦਾ, ਉਹ ਜਿਸ ਨੂੰ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਲਾਓ ਨਹੀਂ ਕਰਦਾ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਆ ਉਹ ਕੇਵਲ ਅਤੇ ਕੇਵਲ ਲੋਕਤੰਤਰਿਕ ਡੈਮੋਕ੍ਰੇਸੀ ਦੇ ਵਿੱਚ ਬਿਲੀਵ ਕਰਦਾ ਜੀ। ਅੱਜ ਦਾ ਯੁੱਗ ਹੈ ਜੋ ਪੋਲੀਟੀਕਲ ਦੌਰ ਹੈ ਜਾਂ ਲੋਕਤੰਤਰਿਕ ਤੁਸੀਂ ਦੱਸਿਆ, ਉਸਦੇ ਵਿੱਚ ਤੁਸੀਂ ਕਿੱਡਾ ਵੱਡਾ ਟੂਲ ਮਿਲਿਆ ਹੋਇਆ ਹੈ ਆਪਾਂ ਨੂੰ, ਵੀ ਤੁਸੀਂ ਆਪਣੀ ਗੱਲ ਡੈਮੋਕ੍ਰੈਟਿਕ ਵੇ ਦੇ ਨਾਲ ਤੁਸੀਂ ਰੱਖ ਸਕਦੇ ਹੋ, ਵੀ ਸਾਡੀਆਂ ਇਹ ਮੰਗਾਂ ਨੇ, ਇਹ ਮੰਗਾਂ ਦੇ ਆਧਾਰ 'ਤੇ ਉੱਤੇ ਅਸੀਂ ਇਲੈਕਸ਼ਨ ਵੀ ਤੁਹਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਲੜਦੀ ਆ, ਅਤੇ DC ਦੇ ਕੋਲ ਜਦੋਂ ਤੁਸੀਂ ਪਰਚੇ ਆਪਣੇ ਪੇਸ਼ ਕਰਦੇ ਹੋ ਉਸਦਾ ਪਹਿਲੇ ਨੰਬਰ 'ਤੇ ਗੱਲ ਇਹ ਲਿਖੀ ਹੁੰਦੀ ਆ ਵੀ ਅਸੀਂ ਖਾਲਿਸਤਾਨ ਦੀ ਪ੍ਰਾਪਤੀ ਵਾਸਤੇ ਇਲੈਕਸ਼ਨ ਲੜਦੇ ਹਾਂ, ਅਤੇ ਜਿਹੜਾ ਡੈਮੋਕ੍ਰੇਸੀ ਦਾ ਹੱਕ ਆਪਾਂ ਵੇਖ ਵੀ ਚੁੱਕੇ ਹਾਂ ਸਪੇਨ ਦੇ ਵਿੱਚ, ਕੈਟਲੋਨੀਆ ਦੇ ਵਿੱਚ, ਕਿਸ ਤਰ੍ਹਾਂ ਉਹਨਾਂ ਦੇ ਜੋ ਅਲੱਗ ਹੋਣਾ ਚਾਹੁੰਦੇ ਨੇ ਸਪੇਨ ਦੇ ਨਾਲੋਂ ਕੈਟਲੋਨੀਆ ਦੇ ਲੋਕ, ਉਹਨਾਂ ਨੇ ਆਪਣੇ ਨੁਮਾਇੰਦੇ ਆਪਣੇ MLA ਚੁਣ ਕੇ ਉਹਨਾਂ ਨੇ ਆਪਣੀ ਅਸੈਂਬਲੀ ਦੇ ਵਿੱਚ ਭੇਜੇ, ਅਤੇ ਫਿਰ ਉਹਨਾਂ ਨੇ ਉੱਥੇ ਮਤਾ ਪਾ ਕੇ UNO ਦੇ ਮੂਹਰੇ ਰੱਖਿਆ ਵੀ ਅਸੀਂ ਇੱਥੇ ਲੀਗਲ ਰੈਫਰੈਂਡਮ ਕਰਾਉਣਾ ਚਾਹੁੰਦੇ ਹਾਂ। ਫਿਰ ਸਪੇਨ ਦੀ ਗੌਰਮੈਂਟ ਰੋਕ ਨਹੀਂ ਸਕੀ, ਉਹਨਾਂ ਨੇ ਫਿਰ ਉੱਥੇ ਉਹਨਾਂ ਦੀ ਸਰਕਾਰ ਭੰਗ ਕਰਕੇ ਰੈਫਰੈਂਡਮ ਕਰਾਇਆ। ਰੈਫਰੈਂਡਮ ਵੀ ਜਿਹੜਾ ਹੋਇਆ ਉਹ ਰੈਫਰੈਂਡਮ ਕੈਟਲੋਨੀਆ ਦੇ ਹੱਕ ਦੇ ਵਿੱਚ ਹੋਇਆ ਵੀ ਅਸੀਂ ਅਲੱਗ ਹੋਣਾ ਚਾਹੁੰਦੇ ਹਾਂ। ਹਾਂਜੀ, ਉਹਦੇ ਵਿੱਚ ਕਤਲੋਗਾਰਤ ਕੋਈ ਨਹੀਂ ਹੋਈ, ਜੇ ਕੋਈ ਕਤਲੋਗਾਰਤ ਉਸ ਸਮੇਂ ਹੁੰਦੀ ਤਾਂ UNO ਜੋ ਇੱਕ ਪੰਚਾਇਤ ਦਾ ਰੂਪ ਦੇ ਨਾਲ ਕੰਮ ਕਰਦਾ ਹੈ ਸਾਰੀ ਦੁਨੀਆ ਦੇ ਵਿੱਚ, ਉਹਨਾਂ ਨੇ ਆਣ ਕੇ ਖੜ੍ਹ ਜਾਣਾ ਸੀਗਾ, ਜੋ ਫਿਰ ਕਤਲੋਗਾਰਤ ਘੱਟ ਹੁੰਦੀ ਆ ਜਿੱਦਾਂ ਆਪਾਂ ਸਮਾਂ ਵੇਖਿਆ। ਤੁਸੀਂ ਅਸੀਂ ਤਾਂ ਚਲੋ ਸਾਡਾ ਜਨਮ ਉਦੋਂ 84 ਦਾ ਆ, ਪਰ ਤੁਸੀਂ ਦੋਨੇ ਦੌਰ ਦੇਖਿਆ, ਸੰਘਰਸ਼ ਦਾ ਸਮਾਂ ਵੀ ਦੇਖਿਆ ਅਤੇ ਸੰਘਰਸ਼ ਤੋਂ ਬਾਅਦ ਦਾ ਜਿਹੜਾ ਪੋਲੀਟੀਕਲ ਯੁੱਗ ਆਇਆ ਉਸਦਾ ਵੀ ਦੇਖਿਆ। ਤੁਸੀਂ ਸਾਨੂੰ ਥੋੜ੍ਹਾ ਜਿਹਾ ਦੱਸੋ ਵੀ ਉਹ ਟ੍ਰਾਂਜੈਕਸ਼ਨ ਜਿਹੜੀ ਸੰਘਰਸ਼ ਤੋਂ ਲੈ ਕੇ ਅੱਜ ਪੋਲੀਟੀਕਲ ਯੁੱਗ ਦੇ ਵਿੱਚ ਆਈ ਆ, ਅਤੇ ਜਿਹੜੇ ਹੁਣ ਨਾਲ ਲੋਕ ਜੁੜ ਰਹੇ ਨੇ ਇਸ ਦੇ ਬਾਰੇ ਥੋੜ੍ਹੇ ਜਿਹਾ ਅਪਡੇਟ ਦਿਓ, ਲੋਕ ਕਿੰਨੇ ਕੁ ਅਵੇਅਰ ਨੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਬਾਰੇ? ਦੇਖੋ ਜੀ, ਜੋ ਪੜ੍ਹਿਆ ਲਿਖਿਆ ਵਰਗ ਹੈ, ਜੋ ਨੌਜਵਾਨ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਦਾ, ਉਹੀ ਵਰਗ ਸੀ ਜੋ ਉਸ ਸਮੇਂ ਵੀ ਉਹਨਾਂ ਦਾ ਬੋਲਬਾਲਾ ਸੀ ਹਥਿਆਰਬੰਦ ਸੰਘਰਸ਼ ਦੇ ਵਿੱਚ। ਭਾਈ ਰਣਜੀਤ ਸਿੰਘ ਕੁੱਕੀ, ਤੁਸੀਂ ਉਹਨਾਂ ਦਾ ਨਾਮ ਸੁਣਿਆ, ਇਸ ਤਰ੍ਹਾਂ ਦੇ ਡਾਕਟਰ ਸੇਖੋਂ ਸਾਹਿਬ ਸੀ, ਅਤੇ ਹੋਰ ਵੀ ਜਾਣੀ ਕਿ ਬਹੁਤ ਸਾਰੇ ਯੋਧੇ ਸੀ ਜੋ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ, ਗੁਰੂ ਨਾਨਕ ਪੋਲੀਟੈਕਨਿਕ ਕਾਲਜ ਲੁਧਿਆਣਾ, ਕਿਉਂਕਿ ਮੈਂ ਵੀ 1990 ਤੋਂ 1994 ਤੱਕ ਗੁਰੂ ਨਾਨਕ ਪੋਲੀਟੈਕਨਿਕ ਲੁਧਿਆਣੇ ਦਾ ਵਿਦਿਆਰਥੀ ਰਿਹਾ, ਅਤੇ ਬਹੁਤ ਸਾਰੇ ਪੜ੍ਹੇ ਲਿਖੇ ਨੌਜਵਾਨ ਸਨ, ਜਿਸ ਤਰ੍ਹਾਂ ਕਿ ਪ੍ਰੋਫੈਸਰ ਭੁੱਲਰ ਸਾਹਿਬ ਜੀ, ਪ੍ਰੋਫੈਸਰ ਭੁੱਲਰ ਸਾਹਿਬ ਵੀ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ ਤੋਂ ਨੇ, ਅਤੇ ਜੋ ਪੜ੍ਹੇ ਲਿਖੇ ਨੌਜਵਾਨ ਸਨ ਜੋ ਜੁੜੇ ਹੋਏ ਸਨ, ਅੱਜ ਵੀ ਜੋ ਪੜ੍ਹੇ ਲਿਖੇ ਨੌਜਵਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਾਲ ਜੁੜ ਰਹੇ ਨੇ, ਉਹ ਲੋਕਤੰਤਰਿਕ ਤਰੀਕੇ ਦੇ ਰਾਹੀਂ ਜੋ ਆਪਣੀ ਮੰਜ਼ਿਲ ਆ ਉਸ ਨੂੰ ਪਾਉਣਾ ਚਾਹੁੰਦੇ ਨੇ, ਅਤੇ ਅਸੀਂ ਉਮੀਦ ਕਰਦੇ ਹਾਂ ਕਿ ਬਹੁਤ ਜਲਦੀ ਹੀ
जो पंजाब दा आवाम आ पूरा पूरा सिख जगत दे अंदर ये एक लहर बन जाएगी। कला कला सिख इस गल दे उत्ते फखर महसूस करेगा कि असी श्रोमणी अकाली दल अमृतसर दे जरिए लोकतंत्रिक तरीके नाल डेमोक्रेसी दे तरीके नाल असी अपनी जो मंजिल है वो प्राप्त करनी है अते असी उस काफले का ही एक हिस्सा हाँ। इस काफले का पूरा सिख जगत हिस्सा बनेगा, दस नूं ये पूरी उम्मीद है जी। आप जी ने संघर्ष के समय के कुछ सिंघां दे नाम ले, दविंदर पाल सिंह भुल्लर होनी आ वो सिख कौम का दिमाग सन, जदों लैक्चर कराया करते सी ते कहिंदे मुंडे उठ के खड़े हो जांदे सीगे भी आपां अपने जो साडे नाल धक्का होया उस दे बारे गल करके उन्हां नूं उन्हां दे नाल जुड़दे सी। पर यह संघर्ष बड़ा करड़ा आ, जिस तरह तुसीं नाम भाई साहब रणजीत सिंह कुक्की उन्हां दा नाम लिया, अज आपां वेखदे आ किस तरह वो खेम सिंह गिल होणा दे लड़के ने, आपां सब नूं पता आ बड़ू साहब उन्हां दी अकैडमी चलदी आ ते बड़ू साहब दे विच भी देखो उन्हां नूं किसे हुण लुको वाली गल नहीं, उत्थे हिंदुत्व दा किन्ना प्रभाव हैगा, उत्थे चाहे वह राष्ट्रगान भी चलदा हैगा उत्थे जां हिंदुस्तान पक्षी गल करदा रहिंदे हैं उत्थे। पर रणजीत सिंह कुक्की उन्हां ने जो संघर्ष बड़ा औखा आ तां ही करके बंदे रास्ते दे विच्चों टुट जांदे ने। सो आपां नूं सब नूं पता आ भी उन्होंने संघर्ष दे विच अपना समा दिता, पर जिहड़ी सिक्खी आ वह आखिरी सवासां तक निभ जाए फिर ही गल है, नहीं तो कुरबानी करके जे आपां सिरे तक नहीं लियांदे तां वह कई बारी बहुत माड़ी वज जांदी है। जिवें रणजीत सिंह कुक्की उन्हां दा तुसीं नाम भी लिया, पर वह अज कौम दे पक्ष च नहीं खड़दे, वह कौम दे विरोधी जो गल्लां ने वो विरोधी गल्लां करते हैं, उन्हां लई वो गल्लां ठीक नहीं गियां। सो कौम अवेयर है, ये गल्लां सौखियां नहीं। सो ता ही श्रोमणी अकाली दल अमृतसर दा बाहरले मुल्कां दे विच रिगार्ड है भी ये कम भावें स्लो तरीके नाल करते ने पर ये कम पक्का करते ने, जिहड़े कदम जे एक कदम पट्टण लई भावें समा लैंदे आ पर वो समा जदों कदम पट लैंदे आ उस तों पिछे नहीं हटदे। सो ऐसे करके सरदार सिमरजीत सिंह मान या श्रोमणी अकाली दल अमृतसर तुहाडी पार्टी बड़े सत्कारयोग तरीके दे नाल इन्हां मुल्कां दे विच विचरदी आ ते हमेशा कौम दी चढ़दी कला वाले कम्मां कारां वास्ते मन्नी जांदी आ। सो संघा तुसीं होर जिहड़े इत्थों दे यूथ ने उन्हां नूं की बेनती करनी चाहोगे भी किस तरह वो श्रोमणी अकाली दल अमृतसर नूं जॉइन करन, इन्हां मुल्कां दे विच असीं आजाद बैठे हाँ, सानूं असीं ਕੰਮਾਂ ਕਾਰਾਂ ਦੀ ਸਾਨੂੰ ਕੋਈ ਪ੍ਰੋਬਲਮ ਨਹੀਂ, ਵਧੀਆ ਆਰਾਮਦਾਇਕ ਜ਼ਿੰਦਗੀ ਬਤੀਤ ਕਰਦੇ ਹਾਂ, ਪਰ ਫਿਰ ਵੀ ਅਸੀਂ ਆਪਣਾ ਫਰਜ਼ ਸਮਝਦੇ ਹੋਏ ਅਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜੋ ਸੁਨੇਹਾ ਆ ਉਸ ਨੂੰ ਘਰ ਘਰ ਪਹੁੰਚਾਉਂਦੇ ਹਾਂ। ਇਹ ਪਰ ਪੰਜਾਬ ਦੇ ਲੋਕ ਉਹ ਉਹਨਾਂ ਨੇ ਆਪਣੇ ਉੱਪਰ ਸਮਾਂ ਹੰਢਾਇਆ ਆ, ਉਹ ਕਾਹਤੋਂ ਨਹੀਂ ਤਹੱਈਆ ਕਰ ਰਹੇ ਜਾਂ ਇੰਨੀ ਵਧੀਆ ਤਰੀਕੇ ਦੇ ਨਾਲ ਕਾਹਤੋਂ ਨਹੀਂ ਜੁੜ ਰਹੇ ਵੀ ਇਹ ਲੋਕਾਂ ਨੂੰ ਜੋ ਦੁਸ਼ਟ ਸਰਕਾਰਾਂ ਨੇ ਉਹਨਾਂ ਨੂੰ ਬਾਹਰ ਕੱਢ ਕੇ ਜੋ ਵਧੀਆ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨੁਮਾਇੰਦੇ ਨੇ ਉਹਨਾਂ ਨੂੰ ਜਿਤਾਉਣ। ਦੇਖੋ ਜੀ, ਉਹਦੇ ਵਿੱਚ ਕਈ ਗੱਲਾਂ ਹੋ ਜਾਂਦੀਆਂ ਨੇ ਕਿ ਜਦੋਂ ਪੰਜਾਬ ਦੇ ਵਿੱਚ ਹਥਿਆਰਬੰਦ ਸੰਘਰਸ਼ ਚੱਲਿਆ ਤਾਂ ਨਿਰਸੰਦੇਹ ਉਸ ਸਮੇਂ ਪੰਜਾਬ ਦਾ ਬਹੁਤ ਸਾਰਾ ਨੁਕਸਾਨ ਹੋਇਆ, ਬਹੁਤ ਸਾਰੀ ਜਵਾਨੀ ਦਾ ਘਾਣ ਕੀਤਾ ਗਿਆ। ਅਤੇ ਜੇਕਰ ਤੁਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੂੰ ਚੰਗੀ ਤਰ੍ਹਾਂ ਸਟੱਡੀ ਕਰੋ ਜੀ ਤਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਕਦੇ ਵੀ ਨਹੀਂ ਚਾਹੁੰਦੇ ਕਿ ਪੰਜਾਬ ਦੇ ਵਿੱਚ ਕੋਈ ਇਸ ਤਰੀਕੇ ਦੇ ਹਾਲਾਤ ਪੈਦਾ ਕਰਨ ਉੱਥੋਂ ਦੀਆਂ ਸਰਕਾਰਾਂ ਕਿ ਉਹਨਾਂ ਨੂੰ ਪੰਜਾਬ ਦੀ ਨੌਜਵਾਨੀ ਦੀ ਦਾ ਘਾਣ ਕਰਨ ਦਾ ਮੌਕਾ ਮਿਲੇ ਜੀ। ਸਾਨੂੰ ਫੇਸਬੁੱਕ 'ਤੇ ਬਹੁਤ ਸਾਰੇ ਦਰਸ਼ਕ ਵੀ ਦੇਖ ਰਹੇ ਨੇ, ਅਸੀਂ ਉਹਨਾਂ ਦਾ ਧੰਨਵਾਦ ਕਰ ਰਹੇ ਹਾਂ। ਸਰਦਾਰ ਕਰਨੈਲ ਸਿੰਘ ਜੀ ਟੋਰਾਂਟੋ ਤੋਂ ਜੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕਨਵੀਨਰ ਨੇ ਅੰਟਾਰੀਓ ਦੇ, ਸਰਦਾਰ ਦਲਜੀਤ ਸਿੰਘ ਜੀ ਦਿਓਲ, ਆਪਣੇ ਕੁਲਵੀਰ ਸਿੰਘ ਜੀ ਟਵਾਣਾ, ਮਨਦੀਪ ਸਿੰਘ ਜੀ, ਗੁਰਜੋਤ ਸਿੰਘ ਜੀ, ਹਰਪ੍ਰੀਤ ਸਿੰਘ ਖਾਲਸਾ, ਮਲਕੀਤ ਸਿੰਘ ਢੇਸੀ, ਇਹ ਸਾਰੇ ਵੀਰਾਂ ਦਾ ਅਸੀਂ ਧੰਨਵਾਦ ਕਰ ਰਹੇ ਹਾਂ। ਅਤੇ ਜੇਕਰ ਤੁਹਾਡਾ ਕੋਈ ਸਵਾਲ ਹੋਵੇ ਜੇ ਤੁਸੀਂ ਸਾਡੇ ਤੱਕ ਪਹੁੰਚਾਓ, ਅਸੀਂ ਜੋ ਸਾਡੇ ਨਾਲ ਸਰਦਾਰ ਸਾਹਿਬ ਪਹੁੰਚੇ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਹਨਾਂ ਤੋਂ ਵੀ ਅਸੀਂ ਸਵਾਲ ਪੁੱਛਾਂਗੇ। ਅਤੇ ਜੋ ਇਹ ਸਾਡਾ ਪ੍ਰੋਗਰਾਮ ਹੈ ਤੁਸੀਂ ਦੁਨੀਆ ਭਰ ਦੇ ਵਿੱਚ IPTV ਬਾਕਸਿਸ ਰਾਹੀਂ ਵੇਖ ਸਕਦੇ ਹੋ। ਇਹਨਾਂ ਪ੍ਰੋਗਰਾਮਾਂ ਨੂੰ ਜੇ ਤੁਸੀਂ ਮਿਸ ਕਰ ਜਾਂਦੇ ਹੋ ਤਾਂ ਖਾਲਿਸਤਾਨ TV YouTube ਦਾ ਪੇਜ ਹੈ, ਉਹਨਾਂ ਦੇ ਉੱਪਰ ਜਾ ਕੇ ਵੀ ਤੁਸੀਂ ਵੇਖ ਸਕਦੇ ਹੋ। ਤੁਹਾਡੇ ਸੁਝਾਅ ਬਹੁਤ ਮੁੱਲ ਰੱਖਦੇ ਨੇ, ਸਾਡੇ ਤੱਕ ਤੁਸੀਂ ਪਹੁੰਚਾ ਸਕਦੇ ਹੋ info@khalistantv.com ਜਾਂ ਫਿਰ 7808514787 ਦੇ ਉੱਪਰ ਲਿਖ ਕੇ।
इस प्रोग्राम तो बाद विच सरदार गुरजोत सिंह अते सरदार मनदीप सिंह जी प्रोग्राम लैके आउणगे जो कि रिलेट होएगा बरगाड़ी रोस मोर्चे दे उपर अते जो पंजाब दी प्रेजेंट सिचुएशन चल रही है पॉलिटिक्स दे विच उन्हां दे उपर। सो तुसी प्रोग्राम दे नाल जुड़े रहना। सो प्रोग्राम दा साडे समाप्ति वल जा रहा है समा। सो सरदार साहब जांदे जांदे मैं तुहाडे तों पुछणा चाहुंदा वी तुसी जो इत्थे वसदा यूथ है खास करके साडा कोशिश ये होंगी है भी यूथ नू किस तरह कनैक्टेड किया जाए यूथ का कौम के नाल जो गतिविधियां है या इतों के यूथ नू तुसी पंजाब के हालातों के नाल की अवेयर करना चाहते हैं? देखो जी बेशक असी विदेशों के किन्ने भी खुशहाल क्यों ना हो जाइए जी जिस कौम को जिन्ना चर उसका अपना कौमी घर नहीं हुंदा उहदा जिहड़ा मान सन्मान आ वह बरकरार नहीं रह सकता। जेकर इतों का यूथ ये गल नू भली भांत समझदा है तो मैं उन्होंने सिर्फ एको ही निक्की जिही बेनती करांगा कि भी तुसी आपो अपने पिंडां दे विच साडे कौमी शहीद संत बाबा जरनैल सिंह जी खालसा पिंडरां वालियां दीआं जो तस्वीरां हन वह जो पिंडां दीआं सांझियां स्थान हन अते पिंडां दे गुरद्वारा साहिब हन उन्हां दे विच स्थापित करवाओ तां कि जो उत्थे पिंडां दे विच वसदे लोग हन वह इस दे उपर माण महसूस करन अते वह हमेशा ही अपनी मंजिल प्रति आसवंद रहन अते अपनी मंजिल की प्राप्ति दे लई जो सरदार सिमरनजीत सिंह मान वालों लोकतंत्रिक तरीके नाल संघर्ष विढ़िया गया है उस दे विच अपना योगदान पा जी। ये साडा अज का प्रोग्राम अते परमिंदर सिंह जी फौजेवाल का असी बहुत बहुत धन्यवाद करते हैं। इन्होंने पंजाब की जो मौजूदा स्थिति आ वो साढ़े नाल अते दर्शकों के नाल सांझी की आने वाले समय के इत्थे ने इन तो आपां होर भी इनफॉर्मेशन डिग आउट करने की कोशिश करांगे। सो अज तुहाडा स्टूडियो विच आउण वास्ते असीं बहुत बहुत धन्यवाद करते हैं अते आस करते हैं भी आने वाले समय के भी तुसीं सानूं समां दोगे जी। वाहेगुरू जी का खालसा वाहेगुरू जी की फतेह।